ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਜੀਤ ਸਿੰਘ ਮਾਨ ਅੱਜ ਮਿਤੀ 31 ਜੁਲਾਈ ਨੂੰ ਦਿੱਲੀ ਤੋਂ ਪੰਥ ਦੇ ਨਾਲ ਕੁਛ ਵਿਚਾਰਾਂ ਕਰਨਾ ਚਾਹੁੰਦਾ। ਪਹਿਲੀ ਗੱਲ ਹੈ ਕਿ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਕਾਨੂੰਨ ਦੇ ਰਾਹੀਂ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ 1925 ਦੇ ਵਿੱਚ ਸਥਾਪਿਤ ਹੋਈ ਸੀ, ਜਦੋਂ ਕਿ ਉਸ ਵਕਤ ਏਸ਼ੀਆ ਦੇ ਵਿੱਚ ਕੋਈ ਵੀ ਪਾਰਲੀਮੈਂਟ ਨਹੀਂ ਸੀ। ਇਹਦੀ ਇੱਕ ਖਾਸ ਗੱਲ ਹੈ ਕਿ ਉਸ ਵੇਲੇ ਸਾਡੀਆਂ ਬੀਬੀਆਂ ਨੂੰ ਵੀ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀ, ਅਤੇ ਯੂਰਪ ਦੇ ਵਿੱਚ ਜਿਹੜੀਆਂ ਬੀਬੀਆਂ ਮੇਮਾਂ ਸੀ ਉਹ ਵੱਡੇ ਦੁਕਾਨਾਂ 'ਤੇ ਸਿੱਟਦੀਆਂ ਸੀ, ਹੋਰ ਸ਼ੋਰ ਮਚਾਉਂਦੀਆਂ ਸੀ ਕਿ ਬੀਬੀਆਂ ਨੂੰ ਹੱਕ ਨਹੀਂ ਮਿਲਿਆ ਵੋਟ ਪਾਉਣ ਦਾ। ਸੋ ਇਹ ਬਹੁਤ ਵੱਡੀ ਚੀਜ਼ ਹੈ ਜਿਹੜੀ ਅਸੀਂ ਆਪਣੇ ਸਟਰਗਲ ਅਤੇ ਜੱਦੋਜਹਿਦ ਦੇ ਨਾਲ ਹਾਸਿਲ ਕੀਤੀ ਹੈ ਆਪਣੀ ਪਾਰਲੀਮੈਂਟ। ਅਤੇ ਇਹਦੀਆਂ ਵੋਟਾਂ ਸੈਂਟਰ 12 ਸਾਲ ਤੋਂ ਨਹੀਂ ਪਵਾ ਰਿਹਾ, ਅਤੇ ਸਾਡੀ ਜਿਹੜੀ ਮੈਨੇਜਮੈਂਟ ਹੈਗੀ STPC ਦੀ ਉਹ ਹੁਣ ਹਕੂਮਤ ਦੇ ਨਾਲ ਚੱਲਣ ਲੱਗ ਪਈ ਹੈ। ਮਿਸਾਲ ਦੇ ਤੌਰ ਦੇ ਉੱਤੇ STPC ਨੂੰ ਸੈਂਟਰ, BJP ਅਤੇ RSS ਦੀ ਸਰਕਾਰ ਨੇ 7.5 ਕਰੋੜ ਰੁਪਈਆ ਸੈਂਟਰ ਦੀ BJP ਅਤੇ RSS ਸਰਕਾਰ ਨੇ ਦਿੱਤਾ ਆਪਣੀ ਸੱਭਿਆਚਾਰ ਮਿਨਿਸਟਰੀ ਤੋਂ, ਕਲਚਰ ਦੀ ਮਿਨਿਸਟਰੀ ਤੋਂ। ਸਿੱਖਾਂ ਨੇ ਕਦੇ ਵੀ ਕਿਸੇ ਵੀ ਹਕੂਮਤ ਤੋਂ ਪੈਸਾ ਨਹੀਂ ਲਿਆ। ਮਿਸਾਲ ਦੇ ਤੌਰ ਦੇ ਉੱਤੇ ਤੀਸਰੀ ਪਾਤਸ਼ਾਹੀ ਸਾਡੇ ਗੁਰੂ ਅਮਰਦਾਸ ਸਾਹਿਬ, ਗੋਇੰਦਵਾਲ ਸਾਹਿਬ ਬਿਰਾਜਮਾਨ ਸੀ, ਜਦੋਂ ਉਹਨਾਂ ਨੂੰ ਬਾਦਸ਼ਾਹ ਅਕਬਰ ਮਿਲਣ ਆਇਆ ਅਤੇ ਸਿੰਘਾਂ ਨੇ ਬਾਦਸ਼ਾਹ ਨੂੰ ਕਿਹਾ ਕਿ ਮਹਾਰਾਜ ਤਾਂ ਤੁਹਾਨੂੰ ਮਿਲਣਗੇ, ਪਹਿਲਾਂ ਤੁਸੀਂ ਗੁਰੂ ਦਾ ਲੰਗਰ ਛਕੋ। ਅਤੇ ਪੰਗਤ ਦੇ ਵਿੱਚ ਬੈਠ ਕੇ ਬਾਦਸ਼ਾਹ ਅਕਬਰ ਨੇ ਲੰਗਰ ਛਕਿਆ, ਉਹ ਤੋਂ ਬਾਅਦ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਬਾਦਸ਼ਾਹ ਅਕਬਰ ਨੇ ਕਿਹਾ ਕਿ ਮਹਾਰਾਜ ਇਹ ਤਾਂ ਬਹੁਤ ਵੱਡੀ ਦੇਣ ਹੈ ਜਿਹੜਾ ਤੁਸੀਂ ਸਾਰਿਆਂ ਨੂੰ, ਗਰੀਬਾਂ ਨੂੰ, ਅਮੀਰਿਆਂ ਨੂੰ, ਜਾਤ ਪਾਤ ਤੋਂ, ਮਜ਼ਹਬ ਤੋਂ ਉੱਤੇ ਉੱਠ ਕੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਾਉਂਦੇ ਹੋ, ਅਤੇ ਮੈਂ ਤੁਹਾਨੂੰ ਜਗੀਰ ਦੇਣਾ ਚਾਹੁੰਦਾ ਕਿ ਇਹ ਲੰਗਰ ਹਮੇਸ਼ਾ ਦੇ ਲਈ ਸਥਾਪਿਤ ਰਹੇ। ਪਰ ਮਹਾਰਾਜ ਤੀਸਰੀ ਪਾਤਸ਼ਾਹੀ ਨੇ ਕਿਹਾ ਬਾਦਸ਼ਾਹ ਨੂੰ ਕਿ ਇਹ ਸਿੱਖਾਂ ਦੇ ਦਸੌਣ ਦੇ ਵਿੱਚੋਂ ਲੰਗਰ ਚੱਲਦਾ ਅਤੇ ਅਸੀਂ ਹੋਰ ਕਿਤੋਂ ਪੈਸਾ ਨਹੀਂ ਲੈਂਦੇ। ਸੋ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਮੌਜੂਦਾ STPC ਦੀ ਕਮੇਟੀ ਹੈ ਇਹ ਬਾਦਲ ਦਰੀਆਂ ਦੀ ਬਣੀ ਹੋਈ ਹੈ। 12 ਸਾਲਾਂ ਤੋਂ ਇਹ ਸੈਂਟਰ ਤੋਂ ਪੈਸੇ ਲੈਂਦੀ ਹੈ ਔਰ ਹੁਣ ਖੁੱਲ੍ਹੇ ਤੌਰ ਦੇ ਉੱਤੇ ਅਖਬਾਰਾਂ 'ਚ ਆ ਗਿਆ ਕਿ ਇਸ ਨੇ 7.5 ਕਰੋੜ ਰੁਪਈਆ ਸੈਂਟਰ ਤੋਂ ਲਿਆ ਹੈਗਾ। ਸੋ ਅਸੀਂ ਸੰਗਤ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਚੀਜ਼ ਕਦੇ ਵੀ ਸਿੱਖਾਂ ਨੇ ਮਨਜ਼ੂਰ ਨਹੀਂ ਕੀਤੀ ਕਿਸੇ ਹਕੂਮਤ ਤੋਂ ਪੈਸਾ, ਇਹ ਜਿਹੜਾ ਇਹਨਾਂ ਨੇ ਸਵੀਕਾਰ ਕੀਤਾ ਇਹਦੇ ਉੱਤੇ ਸਿੱਖ ਸੰਗਤ ਸੋਚੇ ਅਤੇ ਆਪਣੇ ਵਿਚਾਰ ਪ੍ਰਗਟ ਕਰੇ, ਜਿਹਦੇ ਨਾਲ STPC ਨੂੰ ਇਹ ਪੈਸਾ ਸੈਂਟਰ ਨੂੰ ਵਾਪਸ ਕਰਨਾ ਪਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।